ਉਧਰ ਸੰਗਰੂਰ ਚ ਆਪ ਦੇ ਸਾਂਸਦ ਭਗਵੰਤ ਮਾਨ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਤੋਂ ਇਨਕਾਰ ਕਰਨ ਦੇ ਮੁੱਦੇ ਤੇ ਬੋਲਦਿਆਂ ਕਿਹਾ ਕਿ ਜਦੋਂ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਭਾਰਤ ਆਏ ਸਨ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ। ਇਨਕੋ ਲੋਕਲ ਪੋਲਿਟਿਕਸ ਨਹੀਂ ਲੈ ਕੇ ਆਣੀ ਚਾਹੀਏ ਥੀ, ਤੋ ਸ਼ਾਇਦ ਕੈਨੇਡਾ ਕੇ ਪ੍ਰਧਾਨ ਮੰਤਰੀ इसलिए भी थोड़ा नाराज होंगे कि जब उनके डिफेंस मिनिस्टर हरजीत सिंह सज्जन यहाँ पे आए थे पंजाब में, तो उन्होंने मिलने से इनकार कर दिया था। तो मैं नहीं समझता कि इसको अपने लोकल पॉलिटिक्स के लिए यूज़ करना अच्छा है।